13 ਜੁਲਾਈ 2022 ਦਿਨ ਬੁੱਧਵਾਰ ਹਾੜ ਮਹੀਨੇ ਦੀ 29 ਤਰੀਕ ਹੈ ਜੀ ਸੈਮੀ ਆਮੂ ਕੈਡਸੀ ਅਤੇ ਕੌਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਪੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ ਚ ਆਪ ਸਭ ਦਾ ਨਿਕਾ ਸਵਾਗਤ ਹੈ ਹਮੇਸ਼ਾ ਪਹੁੰਚਾਉਂਦੇ ਆ ਗੇਟਵੇ ਪੀਜ਼ਾ ਐਂਡ ਸਵੀਟਸ ਤੇ ਨਾਲ ਦੀ ਨਾਲ ਐਮਪਾਇਰ ਬੈਂਕਰ ਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਬੈਂਕ ਆਫ ਕੈਨੇਡਾ ਵੱਲੋਂ ਵਧਾਏ ਗਏ ਇੰਟਰਸਟ ਰੇਟ ਦੀ ਇਕੱਠਾ ਹੀ 1% ਵਧਾ ਦਿੱਤਾ ਗਿਆ ਇਹਦੇ ਨਾਲ ਹੀ ਕੈਨੇਡਾ ਦੇ 8-8 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਤੋਂ ਪਾਰਲੀਮੈਂਟ ਤੋਂ ਕੀ ਮੰਗ ਰੱਖੀ ਆ ਇਹਦੀ ਗੱਲਬਾਤ ਕਰਨੀ ਆ ਸਿਟੀ ਚੋਣਾਂ ਦੇ ਵਿੱਚ ਹਲਚਲ ਜਿਹੜੀ ਆ ਹੋ ਰਹੀ ਆ ਸਰੀ ਦੇ ਵਿੱਚ ਕੌਣ-ਕੌਣ ਮੀਤਵਾਰ ਨਵੇਂ ਆ ਰਹੇ ਆ ਕੀ ਨਾਮ ਗੱਲਬਾਤ ਹੋ ਰਹੀ ਆ ਇਹ ਵੀ ਗੱਲਬਾਤ ਕਰਾਂਗੇ শ্রীলਾਂਕਾ ਦੇ ਹਾਲਾਤ ਦੀ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਾਂਗੇ ਆ ਭਾਰਤ ਦੇ ਚਿੰਨ ਅਸ਼ੋਕ ਜਿਹੜੇ ਆ ਸ਼ੇਰ ਉਹਨਾਂ ਦੀ ਤੇ ਭਾਰ ਦੇ ਉੱਪਰ ਰਾਸ਼ਟਰਪਤੀ ਸਾਹਿਬਾ ਜਿਹੜੇ ਆ ਹਾਮਿਤ ਅंसारी ਉਹਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਖੀਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੁਝ ਗੱਲਬਾਤ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਮੁੜਦੇ ਹਾਂ ਪ੍ਰੋਗਰਾਮ ਦਾ ਸੋਹਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੇ ਕੀਤੇ ਐਲਾਨ ਦੇ ਨਾਲ ਅ ਜਿਵੇਂ ਕਿ ਖ਼ਿਆਸ ਰਾਈਆਂ ਸੀਗੀਆਂ ਕਿ ਅਮਰੀਕਾ ਦੀ ਤਰਜ਼ ਦੇ ਉੱਤੇ ਕੈਨੇਡਾ ਦੇ ਵਿੱਚ ਵੀ ਵਿਆਜ ਦਰਾਂ ਵਧਣਗੀਆਂ ਅਮਰੀਕਾ ਨੇ ਤਿੰਨ ਕੁਆਟਰ ਇੰਟਰਸਟੇਡ ਚੱਕਿਆ ਸੀਗਾ ਉਦੋਂ ਤੋਂ ਕੈਨੇਡੀਅਨ ਜਿਹੜੇ ਫਾਈਨੈਂਸ਼ੀਅਲ ਮਾਹਰ ਆ ਕਹਿ ਰਹੇ ਸੀਗੇ ਵੀ ਕੈਨੇਡਾ ਵਾਲੇ ਜਿਹੜੇ ਅਮਰੀਕਾ ਦੀ ਰੀਸ ਕਰਨਗੇ ਤਿੰਨ ਕੁਆਟਰ ਇੰਟਰਸਟੇਡ ਚੱਕਿਆ ਜਾਊਗਾ ਪਰ ਅੱਜ ਬੜੀ ਹੈਰਾਨੀ ਹੋਈ ਜਦੋਂ ਸਵੇਰੇ ਬੈਂਕ ਆਫ ਕੈਨੇਡਾ ਨੇ ਚਾਰ ਕੁਆਟਰ ਇੰਟਰਸਟੇਡ ਜਿਹੜਾ ਚੱਕ ਦਿੱਤਾ ਕਿੱਥੇ ਤਾਂ ਹਾਲਾਤ ਇਹ ਸੀਗੇ ਵੀ ਇੰਟਰਸਟੇਡ ਬਿਲਕੁਲ ਹੀ ਫਲੈਟ ਰਿਹਾ ਤਿੰਨ ਚਾਰ ਸਾਲ ਮੋਰਗੇ ਬਹੁਤ ਹੀ ਘੱਟ ਰੇਟ ਦੇ ਉੱਤੇ ਮੋਰਗੇ ਜਿਹੜੀ ਆ ਪੇ ਕਰਦੇ ਰਹੇ ਆ ਹੁਣ ਚਾਨ ਚੱਕੇ ਮਹਿੰਗਾਈ ਵਧਣ ਦੇ ਕਾਰਨ ਅਮਰੀਕਾ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ ਇਹ ਕਹਿ ਲੋ ਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਵੀ ਇੰਟਰਸਟ ਰੇਟ ਜਿਹੜੇ ਆ ਉਹ ਵਧਾਏ ਜਾ ਰਹੇ ਆ ਸੋ ਜਿਹੜਾ ਤਾਜ਼ਾ ਵਾਧਾ 1% ਦਾ ਕੀਤਾ ਗਿਆ ਇਹਦੇ ਨਾਲ ਪ੍ਰਾਈਮ ਰੇਟ ਜਿਹੜਾ ਉਹ 4.7% ਤੇ ਹੋ ਗਿਆ ਆ ਉਹਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਖੁੱਲੀਆਂ ਮੋਰਗੇ ਜਿਸ ਜਜ ਨੂੰ ਆ ਵੈਰੀਏਬਲ ਮੋਰਗੇਜਸ ਕਹਿੰਦੇ ਆ ਉਹ ਉਹ ਜਿਹੜੀਆਂ ਤੁਹਾਡੀਆਂ ਗੱਡੀਆਂ ਦੀਆਂ ਕਿਸ਼ਤਾਂ ਉਹ ਨਾਲ ਜਿਹੜੇ ਤੁਸੀਂ ਲਾਈਨ ਆਪ ਕਰੈਡਿਟ ਵਗੈਰਾ ਦੇ ਉੱਤੇ ਖੁੱਲੇ ਕਰਦੇ ਚੱਕੇ ਹੋਏ ਆ ਉਨਾ ਦਿਨ ਕਿ ਕੈਸ਼ ਤਾਂ ਵੱਜ ਜਾਣੀ ਆ ਹੁਣ ਕਈ ਲੋਕ ਇਹ ਕਹਿੰਦੇ ਆ ਵੀ ਕੈਸ਼ ਸਾਡੀ ਵਧੀ ਨਹੀਂ ਜੀ ਉਹ ਇਸ ਕਰਕੇ ਕਿ ਜਦੋਂ ਲੋਨ ਤੁਹਾਡਾ ਅਪਰੂਵ ਹੋਇਆ ਤਾਂ ਕੈਨੇਡਾ ਸਰਕਾਰ ਨੇ ਕਾਨੂੰਨ ਬਣਾਇਆ ਸੀਗਾ ਕਿ 2% ਜਿਹੜਾ ਆ ਉੱਪਰ ਹੋਰ ਰੇਟ ਜੋੜ ਕੇ ਤੁਹਾਨੂੰ ਅਪਰੂਵ ਕਰਦੇ ਸੀਗੇ ਸੋ ਬੈਂਕਾਂ ਨੇ ਆਪਣੇ ਆਪ ਨੂੰ ਸੇਫ ਰੱਖਣ ਦੇ ਵਾਸਤੇ ਜਿਹੜਾ ਪ੍ਰਿੰਸੀਪਲ ਪੋਰਸ਼ਨ ਹੈਗਾ ਉਹ ਜ਼ਿਆਦਾ ਵਧਾਇਆ ਹੋਇਆ ਸੀਗਾ ਮੰਨ ਲਓ ਵੀ ਤੁਹਾਡੀ 1500 ਪੇਮੈਂਟ ਸੀਗੀ ਉਹਦੇ ਵਿੱਚ ਬਹੁਤਾ ਕਰਕੇ ਅੱਧੋ ਵੱਧ ਜਿਹੜਾ ਇੰਟਰਸਟ ਤੇ ਪ੍ਰਿੰਸੀਪਲ ਰੱਖ ਲਿਆ ਜਾਂਦਾ ਸੀਗਾ ਵੀ 1750 ਪ੍ਰਿੰਸੀਪਲ ਉਤਰੂਗਾ 750 ਇੰਟਰਸਟ ਜਾਊਗਾ ਜਦੋਂ ਘਟੇ ਆ ਰੇਟ ਸਵਾ 1 ਡੇਢ ਪਰਸੈਂਟ 2% ਤੇ ਚੱਲ ਗਏ ਆ ਉਹ ਵੀ ਦਿਨ ਦੇਖਿਆ ਕਿ ਇਹ 1500 ਡਾਲਰ ਕੈਸ਼ ਤੇ ਉਹਦੇ ਵਿੱਚੋਂ 11-1200 ਉੱਤਰਦਾ ਹੁੰਦਾ ਸੀਗਾ ਪ੍ਰਿੰਸੀਪਲ ਸਿਰਫ 3-400 ਜਿਹੜਾ ਇੰਟਰਸਟ ਜਾਂਦਾ ਸੀਗਾ ਹੁਣ ਜਿਉਂ-ਜਿਉਂ ਟਰਸਟ ਜਿਹੜੀ ਵਧੀ ਜਾਣਾ ਆ ਤਾਂ ਉਸ ਕੈਸ਼ ਦੇ ਵਿੱਚੋਂ ਇੰਟਰਸਟ ਦੀ ਜਿਹੜੀ ਗਿਣਤੀ ਆ ਉੱਪਰ ਆਈ ਜਾਣੀ ਆ ਪ੍ਰਿੰਸੀਪਲ ਤੁਹਾਡਾ ਘਟੀ ਜਾਣਾ ਸੋ ਪੁੱਠਾ ਹੋ ਜਾਣਾ ਜਿਹੜਾ ਤੁਹਾਡਾ ਪ੍ਰਿੰਸੀਪਲ ਹੈਗਾ ਆ ਉਹ ਹੁਣ 3-400 500 ਕਾ ਜਿਹੜਾ ਉਤਰਿਆ ਕਰਨਾ ਆ ਪਰ ਵਿਆਜ ਦੇ ਵਿੱਚ ਜਿਹੜੀ ਆ ਉਹ ਜਿੱਥੇ ਪਹਿਲਾਂ 3-4% ਜਾਂਦਾ ਸੀਗਾ ਉੱਥੇ ਜ਼ਿਆਦਾ ਜਾਣ ਲੱਗ ਪੈਣਾ ਆ ਜੇ ਹੋਰ ਵਧ ਗਿਆ ਹੋਰ ਜਾਣ ਲੱਗ ਪੈਣਾ ਆ ਫਿਰ ਇੱਕ ਦਿਨ ਜੇ ਜ਼ਿਆਦਾ ਵਧ ਗਿਆ ਜਿਵੇਂ ਕਿ ਕਹੀ ਜਾ ਰਿਹਾ ਕਿ ਹਜੇ ਅੱਧਾ ਪਰਸੈਂਟ ਹੋਰ ਦਸੰਬਰ ਤੱਕ ਵੱਧ ਸਕਦਾ ਆ ਸ਼ਾਇਦ ਮੂਰਲੇ ਸਾਲ 2023 ਦੇ ਵਿੱਚ ਹੋਰ ਵਧਾਇਆ ਜਾਵੇ ਫਿਰ ਜੇਕਰ ਬੈਂਕ ਨੂੰ ਲੱਗੂਗਾ ਕਿ ਹੁਣ ਲਿਮਟ ਹੋ ਗਈ ਆ ਪੂਰੀ ਤੇ ਜਿਹੜਾ ਪ੍ਰਿੰਸੀਪਲ ਆ ਆਲਮੋਸਟ ਫਿਨਿਸ਼ ਹੋਣ ਦੇ ਕੰਢੇ ਆ ਕਿ ਹਰੇਕ ਬੈਂਕ ਦੇ ਆਪਣੇ ਕਾਨੂੰਨ ਆ ਕੋਈ ਕਹਿੰਦੀ ਹੈ ਵੀ ਅਸੀਂ 20% ਜਿਹੜਾ ਪ੍ਰਿੰਸੀਪਲ ਰੱਖਣਾ ਆ ਵੈਤ ਜ਼ਰੂਰ ਮੂਲ ਤਨ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਤੇ ਉਹ ਕੋਈ 30% ਦੇ ਉੱਤੇ ਆ ਜਦੋਂ ਫਿਰ ਉਹ 1500 ਵਾਲੀ ਲਿਮਟ ਖਤਮ ਹੋ ਗਈ ਉਦੋਂ ਫਿਰ ਤੁਹਾਨੂੰ ਚਿੱਠੀ ਪਾ ਦੇਣਗੇ ਵੀ ਹੁਣ ਤੁਹਾਡਾ ਇੰਟਰਸਟ ਜਿਹੜਾ ਆ ਉਹ ਜਾਦਾ ਜਾਣ ਲੱਗ ਪਿਆ ਆ ਤੇ ਇੱਕ ਐਕਸ ਜਿਹੜੀ ਆ ਤੁਹਾਡੀ ਉਹ ਚੱਕਦੀ ਨਹੀਂ ਹੁਣ ਹੈਗੀ ਸੋ ਇੰਨੇ ਜਿਹੜੇ ਪੈਸੇ ਵਿੱਚ ਵਧਾ ਦਿਓ ਕਈ ਬੈਂਕਾਂ ਦਾ ਨਾਲੋਂ ਨਾਲ ਹੀ ਚਿੱਠੀ ਭੇਜੀ ਜਾਂਦੀਆਂ ਜਦੋਂ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੁੰਦੀ ਆ ਨਾਲੇ ਅਗਲੇ ਹਫ਼ਤੇ ਚਿੱਠੀ ਆ ਜਾਂਦੀ ਹੈ ਤੁਹਾਡੀ ਕਿਸ਼ਤ ਵਧ ਗਈ ਆ ਕਈ ਉਹਨੂੰ ਜਿਹੜਾ ਹੈ ਪ੍ਰਿੰਸੀਪਲ ਦੇ ਵਿੱਚ ਐਡਜਸਟ ਕਰ ਰਹੀਆਂ ਸੋ ਇਹ ਤੁਹਾਡੀ ਮਾਰਗੇਜ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਥੋਂ ਲਈ ਹੋਈ ਆ ਪਰ ਇਹਨਾ ਜ਼ਰੂਰ ਆ ਕਿ ਤੁਹਾਡੇ ਖਰਚੇ ਜਿਹੜੇ ਆ ਅਧਿਕ ਤੌਰ ਦੇ ਉੱਤੇ ਤੇ ਦਿਖ ਤੌਰ ਦੇ ਉੱਤੇ ਵੱਧ ਜਾਣੇ ਆ ਅੱਜ ਜਦੋਂ ਇਹ ਰੇਟ ਵਧਿਆ ਤਾਂ ਬਹੁਤ سارے ਲੋਕ ਜਿਹੜੇ ਆ ਉਹ ਹੈਰਾਨ ਹੋਏ ਆ ਵੀ ਇਹ ਸਿੱਧਾ ਖਰਚਾ ਪੈ ਗਿਆ ਕਿਉਂਕਿ 1% ਦਾ ਵਾਧਾ ਇਹ ਆ ਵੀ ਜੇ ਤੁਸੀਂ 8 ਲੱਖ ਦੀ ਮਾਰਗੇਜ ਲਈ ਹੋਈ ਆ ਜਿਹੜੀ ਕਿ ਬਹੁਤ ਸਾਰੇ ਲੋਕਾਂ ਨੇ ਲਈ ਹੋਈ ਆ ਫਰ ਤੁਹਾਡਾ 7-800 ਕੈਸ਼ ਤੇ ਜਿਹੜੀ ਮਹੀਨੇ ਦੀ ਇੱਕ ਤਰੀਕੇ ਦੇ ਨਾਲ ਵੱਧ ਗਈ ਆ ਚਾਹੇ ਉਹ ਕੈਸ਼ ਦੇ ਵਿੱਚੋਂ ਹੀ ਪ੍ਰਿੰਸੀਪਲ ਤੋਂ ਜਾਵੇ ਚਾਹੇ ਤੁਹਾਨੂੰ ਕੋਲੋਂ ਦੇਣੇ ਪੈਣ ਪਰ ਇੱਕ ਤਰ੍ਹਾਂ ਦੇ ਨਾਲ ਤੁਹਾਡਾ ਖਰਚਾ ਜਿਹੜਾ ਆ ਉਹ ਵੱਧ ਗਿਆ ਆ ਸੋ ਪਹਿਲਾਂ ਤੋਂ ਹੀ ਇਹ ਕਿਹਾ ਜਾ ਰਿਹਾ ਸੀਗਾ ਕਿ ਕੈਨੇਡਾ ਸਰਕਾਰ ਜਾਂ ਅਮਰੀਕਾ ਸਰਕਾਰ ਆ ਇਹਨਾਂ ਕੋਲ ਮਹਿੰਗਾਈ ਨੂੰ ਨੱਥ ਜਿਹੜੀ ਆ ਨਹੀਂ ਪੈਣੀ ਉਹਦੇ ਵਾਸਤੇ ਇੰਟਰਸਟ ਰੇਟ ਵਧਾਏ ਜਾਣੇ ਆ ਬੈਂਕਾਂ ਦਾ ਫਾਇਦਾ ਇਸ ਗੱਲ ਦੇ ਵਿੱਚ ਜਿੰਨਾ ਇੰਟਰਸਟ ਵਧੂਗਾ ਉਹਨਾਂ ਦੀ ਕਮਾਈ ਜਿਹੜੀ ਆ ਜ਼ਿਆਦਾ ਹੋਊਗੀ ਬੈਂਕਾਂ ਕਦੀ ਵੀ ਲੂਜ਼ ਨਹੀਂ ਕਰਦੀਆਂ ਉਹ ਹਰੇਕ ਪਾਸਿਓਂ ਜਿਹੜੀਆਂ ਪੈਸੇ ਬਣਾਉਂਦੀਆਂ ਬਣਾਉਂਦੀਆਂ ਐ ਤੇ ਹੁਣ ਵੀ ਬਣਾਉਣਗੀਆਂ ਹੁਣ ਇਹਦੇ ਵਿੱਚ ਜੋ ਜਿਹੜੀ ਸਮੱਸਿਆ ਹੋਏ ਆ ਰਹੀ ਆ ਕਿ ਜਿਹਨਾਂ ਲੋਕਾਂ ਨੇ ਅੱਡੀਆਂ ਚੱਕ ਕੇ ਫਾਇਦੇ ਲਏ ਹੋਏ ਆ ਜਿਹਨਾਂ ਲੋਕਾਂ ਨੇ ਤਾਂ ਚਾਦਰ ਦੇਖ ਕੇ ਪੈਰ ਪਸਾਰੇ ਹੋਏ ਸੀ ਉਹਨਾਂ ਨੂੰ ਪਤਾ ਸੀਗਾ ਵੀ ਜੇ ਥੋੜੇ ਬਹੁਤਾ ਰੇਟ ਵੱਧ ਵੀ ਗਿਆ ਜੀ ਤਾਂ ਸਾਂਭ ਸਕਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਜੇ ਹੁਣ ਕਿਸੇ ਦੇ ਮਗਰ ਲੱਗ ਕੇ ਵੀ ਮੰਨ ਲਓ ਇਹ ਪਹਿਲਾ ਘਰ ਸੀਗਾ ਉਹਦੇ ਵਿੱਚੋਂ ਪੈਸੇ ਚੱਕ ਕੇ ਦੂਜਾ ਤੀਜਾ ਘਰ ਲਿਆ ਹੋਇਆ ਆ ਸੋ ਸਾਰਿਆਂ ਦੀ ਕੈਸ਼ ਤੇ ਵਧਣੀ ਆ ਕਮਾਈ ਜਿਹੜੀ ਆ ਉਹ ਕਹਾ ਘਟਣ ਦੇ ਚਾਂਸ ਆ ਕਿਉਂਕਿ ਕੰਮ ਜਿਹੜ ਤੇ ਇਸ ਕਰਕੇ ਫਿਰ ਉਹਨਾਂ ਦਾ ਔਖਾ ਹੋਣ ਦੀ ਪੂਰੀ ਪੂਰੀ ਉਮੀਦ ਹੈਗੀ ਆ ਪਰ ਇਹ ਕੋਈ ਬਹੁਤਾ ਲੰਮਾ ਸਮਾਂ ਨਹੀਂ ਰਹਿਣੀ ਗੱਲ ਹੈਗੀ ਕਿਉਂਕਿ ਜਿਹੜੇ ਮਾਹਰ ਆ ਉਹ ਕਹਿੰਦੇ ਵੀ 2023 ਦੇ ਅਖੀਰ ਤੱਕ ਸ਼ਾਇਦ ਮੜ ਕੇ ਫਿਰ ਹੌਲੀ ਹੌਲੀ ਸੁਧਾਰ ਜਿਹੜਾ ਹੋਣਾ ਸ਼ੁਰੂ ਹੋ ਜਵੇ ਸੋ ਹਰੇਕ ਦੇ ਆਪਣੇ ਆਪਣੇ ਆਪ ਤੇ ਡਿਪੈਂਡ ਕਰਦਾ ਕਿ ਜਿਹੜੇ ਕੋ ਸੇਵਿੰਗ ਕਿੰਨੀ ਪਈ ਆ ਤੁਹਾਡੀ ਤਨਖਾਹ ਕਿੰਨੀ ਤੁਹਾਡਾ ਕੰਮ ਕਿੰਨਾ ਕੁ ਪੱਕਾ ਆ ਤੁਸੀਂ ਉਸ ਹਾਲ ਦੇ ਨਾਲ ਜਿਹੜਾ ਸਰਵਾਈਵ ਕਰ ਸਕਦੇ ਆ ਇਹਦੇ ਨਾਲੇ ਕੈਨੇਡੀਅਨ ਫੂਡ ਸਪਲਾਈਅਰ ਜਿਹੜੇ ਆ ਉਹਨਾਂ ਨੇ ਵੀ ਅੱਜ ਇੱਕ ਜਾਣਕਾਰੀ ਦਿੱਤੀ ਆ ਕਿ ਕੈਨੇਡਾ ਭਰ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਹੋਰ ਵਧਣ ਜਾ ਰਹੀਆਂ ਜਿਹੜਾ ਸ਼ੈਲਫਾਂ ਦੇ ਉੱਤੇ ਜਿੰਨੇ ਪ੍ਰੋਡਕਟਸ ਪਏ ਆ ਖਾਣ ਵਾਲੇ ਚਾਹੇ ਉਹ ਡੇਰੀ ਪ੍ਰੋਡਕਟਸ ਨੇ ਚਾਹੇ ਗਰੋਸਰੀ ਆ ਉਹ ਮਹਿੰਗੀ ਹੋ ਜਾਣੀ ਆ ਕਿਉਂਕਿ ਉਹਨਾਂ ਦੀ ਟਰਵਾ ਟਰਵਾਈ ਬਹੁਤ ਮਹਿੰਗੀ ਹੋ ਗਈ ਆ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਤੇ ਨਾਲ ਦੀ ਨਾਲ ਉਹਨੀਆਂ ਉਹਨੂੰ ਪ੍ਰੋਡਿਊਸ ਕਰਨ ਦੀ ਉਹਨਾਂ ਚੀਜ਼ਾਂ ਨੂੰ ਪੈਦਾ ਕਰਨ ਦੀ ਕੀਮਤ ਜਿਹੜੀ ਆ ਉਹ ਵੱਧ ਗਈ ਆ ਇਸ ਕਰਕੇ ਤੁਸੀਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਖੋਗੇ ਕਿ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਹੋਰ ਵੱਧ ਜਾਣਗੀਆਂ ਸੋ ਇੱਕ ਔਖਾ ਸਮਾਂ ਆ ਪਰ ਹਿੰਮਤ ਦੇ ਨਾਲ ਦ੍ਰਿੜਤਾ ਦੇ ਨਾਲ ਇਹ ਵੀ ਲੰਘ ਜਾਣਾ ਆ ਕਿਉਂਕਿ ਸਮਾਂ ਹਮੇਸ਼ਾ ਇੱਕੋ ਜਿਹਾ ਕਦੀ ਵੀ ਨਹੀਂ ਰਹਿੰਦਾ ਤੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੇ ਸਿਹਤ ਢਾਂਚੇ ਦੀ ਤਾਂ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਆ ਕਿ ਹਸਪਤਾਲਾਂ ਦੇ ਵਿੱਚ ਸਵਾਮਾ ਹੈ ਨਹੀਂ ਗੀਆਂ ਡਾਕਟਰ ਨਹੀਂ ਮਿਲ ਰਹੇ ਨਰਸਾਂ ਚੰਗੀ ਤਰ੍ਹਾਂ ਨਹੀਂ ਦੇਖਦੀਆਂ ਹਾਲਾਂਕਿ ਦੇ ਆਪੋ ਆਪਣੇ ਜਿਹੜੇ ਆ ਉਹ ਡਾਕਟਰਾਂ ਤੇ ਨਰਸਾਂ ਦੇ ਅੱਡ ਜਿਹੜੇ ਆ ਲੌਜਿਕ ਹੈਗੇ ਆ ਉਹ ਕਹਿੰਦੇ ਵੀ ਸਾਡੇ ਤੇ ਕੰਮ ਦਾ ਬੋਝ ਬਹੁਤ ਆ 12-12 ਘੰਟੇ 6-6 ਦਿਨ ਕੰਮ ਕਰਦੇ ਆ ਉਤੋਂ ਕੋਈ ਐਪਰੀਸ਼ੀਏਸ਼ਨ ਹੈ ਨਹੀਂ ਧੰਨਵਾਦ ਕਰਦਾ ਕੋਈ ਨਹੀਂ ਮਰੀਜ਼ ਵੀ ਗਲਤ ਬੋਲਦੇ ਆ ਗਾਲਾਂ ਤੱਕ ਕੱਢਦੇ ਆ ਸਟਾਫ ਦੇ ਨਾਲ ਰੰਜਿਸ਼ਾਂ ਚੱਲਦੀਆਂ ਆ ਆਪਸੀ ਤੰਗੀਆਂ ਹੈਗੀਆਂ ਤੇ ਮਾਹੌਲ ਜਿਹੜਾ ਬੜਾ ਟਾਕਸਿਕ ਕੜਤਣ ਵਾਲਾ ਹੋ ਗਿਆ ਬਹੁਤ ਸਾਰੀਆਂ ਨਰਸਾਂ ਕਹਿੰਦੀਆਂ ਵੀ ਇਹਦੇ ਨਾਲ ਤੋਂ ਬਾਹਰ ਕਿਤੇ ਕੰਮ ਕਰ ਲਓ ਪੜਨ ਦੀ ਵੀ ਲੋੜ ਹੈ ਨਹੀਂਗੀ ਬਾ ਟੈਂਡਰ ਜਿਹੜੇ ਆ ਡਿਸ਼ ਵਾਸ਼ਰ ਦਾ ਕੰਮ ਕਰਨ ਵਾਲੇ ਉਹ ਵੱਧ ਪੈਸੇ ਬਣਾ ਰਿਹਾ ਨਰਸ ਦੇ ਨਾਲੋਂ ਕਿਉਂਕਿ ਤਨਖਾਹ ਪ੍ਰਤੀ ਘੰਟਾ ਕਾਫੀ ਹੋ ਗਈ ਆ ਸੋ ਇਸ ਕਰਕੇ ਕਈ ਗੱਲਾਂ ਇਹੋ ਜਿਹੀਆਂ ਚੱਲ ਰਹੀਆਂ ਪਰ ਸਿਹਤ ਟਾਂਚਾ ਕੈਨੇਡਾ ਦਾ ਵਾਕਿਆ ਡਗਮਗਾ ਰਿਹਾ ਆ ਤੇ ਸਿਹਤ ਟਾਂਚੇ ਨੂੰ ਸਹੀ ਚਲਾਉਣ ਦੇ ਵਾਸਤੇ ਪੈਸੇ ਦੀ ਲੋੜ ਆ ਜਿਵੇਂ ਕਿ ਜਾਣਦੇ ਆ ਬਹੁਤ ਸਾਰੇ ਲੋਕ ਕਿ ਕੈਨੇਡਾ ਦੇ ਵਿੱਚ ਮੈਡੀਕਲ ਫ੍ਰੀ ਆ ਆਲਮੋਸਟ ਆ ਜੇ ਕੋਈ ਵੱਡੀ ਸਰਜਰੀ ਆ ਛੋਟੀ ਸਰਜਰੀ ਹਸਪਤਾਲ ਜਾਣਾ ਪੈਣਾ ਕੋਈ ਪੈਸਾ ਨਹੀਂ ਦੇਣਾ ਪੈਂਦਾ ਉਹ ਸਾਰਾ ਬੋਝ ਜਿਹੜਾ ਆ ਉਹ ਸਰਕਾਰ ਸਰ ਜਾਂ ਕਹਿੰਦੇ ਲੋਕਾਂ ਸਰ ਪੈਂਦਾ ਕਿਉਂਕਿ ਲੋਕਾਂ ਨੇ ਟੈਕਸ ਦੇਣਾ ਹੁੰਦਾ ਹੁਣ ਜਿਹੜੇ 88 ਸੂਬਿਆਂ ਦੇ ਮੁੱਖ ਮੰਤਰੀ ਆ ਇਹਨਾਂ ਦੀ ਇੱਕ ਸਾਂਝੀ ਇਕੱਤਰਤਾ ਵਿਕਟੋਰੀਆ ਜਿਹੜੀ ਕਿ ਬੀਸੀਡੀ ਰਾਜਧਾਨੀ ਉੱਥੇ ਹੋਈ ਆ 13 ਸੂਬਿਆਂ ਦੇ ਟੈਰੀਟਰੀ ਦੇ ਮੁੱਖ ਮੰਤਰੀ ਪ੍ਰੀਮੀਅਰ ਉੱਤੇ ਪਹੁੰਚੇ ਸੀਗੇ ਸੋ ਗੱਲ ਇਹ ਚੱਲੀ ਆ ਸਾਂਝੇ ਰੂਪ ਦੇ ਵਿੱਚ ਕਿ ਟੂ ਟੂ ਸਰਕਾਰ ਤੋਂ ਮੰਗ ਕੀਤੀ ਜਾਵੇ ਕਿ ਜਿਹੜਾ ਬਜਟ ਦੇ ਸ਼ੇਅਰ ਵਿੱਚੋਂ ਹੈਲਥਕੇਅਰ ਵਾਸਤੇ ਪੈਸੇ ਆਉਂਦੇ ਆ ਸੂਬਿਆਂ ਨੂੰ ਉਹ 22% ਤੋਂ ਵਧਾ ਕੇ 35% ਕੀਤੇ ਜਾਣ ਤਾਂ ਪੂਰੀਆਂ ਜਿਹੜੀਆਂ ਐਮਰਜੈਂਸੀ ਸਵਾਮਾਂ ਮਾਨਸਿਕ ਸਿਹਤ ਸਵਾਮਾਂ ਖਾਸ ਹਸਪਤਾਲ ਦੀਆਂ ਸਵਾਮਾਂ ਜਾਂ ਡਾਕਟਰਾਂ ਦੀਆਂ ਸਵਾਮਾਂ ਜਿੱਤੀਆਂ ਜਾ ਸਕਦੀਆਂ ਕਿਉਂਕਿ ਬਹੁਤ ਸੂਬਿਆਂ ਦੇ ਵਿੱਚ ਡਾਕਟਰ ਨਹੀਂ ਮਿਲ ਰਹੇ ਲੋਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਹੇ ਸਪੈਸ਼ਲਿਸਟ ਨਹੀਂ ਮਿਲ ਰਹੇ ਸੋ ਉਹ ਤਾਂ ਹੀ ਕੰਦੇ ਪੂਰੇ ਹੋ ਸਕਦੇ ਆ ਜੇਕਰ ਪੈਸਾ ਕੋਲ ਹੋਊਗਾ ਇਸ ਕਰਕੇ ਟੂਟੋ ਸਰਕਾਰ ਤੋਂ ਹੋਰ ਪੈਸੇ ਮੰਗੇ ਗਏ ਆ ਹੁਣ ਟੂ ਟੂ ਸਰਕਾਰ ਦੇ ਕੋਲ ਕੋਈ ਕਬੀਰ ਦਾ ਖਜ਼ਾਨਾ ਤਾਂ ਹੈ ਨਹੀਂਗਾ ਜਿਹੜਾ ਉਹਦੇ ਵਿੱਚ ਉਹਨਾਂ ਨੇ ਪੈਸੇ ਕੱਢ ਕੱਢ ਵੰਡੀ ਜਾਣੇ ਆ ਕਿਸੇ ਹੋਰ ਪਾਸੇ ਕੱਟ ਲਾਇਆ ਜਾਊਗਾ ਤੇ ਫਿਰ ਇੱਧਰ ਪੈਸੇ ਦਿੱਤੇ ਜਾ ਸਕਦੇ ਆ ਉਹਦੇ ਵਾਸਤੇ ਇੱਕ ਵੱਡੀ ਜ਼ਿੰਮੇਵਾਰੀ ਸਾਹਮਣੇ ਲੋੜ ਪੈਣੀ ਕਿਉਂਕਿ ਹਾਲਾਤ ਪਹਿਲਾਂ ਹੀ ਇਹੋ ਜਿਹੇ ਆ ਕਿ ਆਰਥਿਕ ਮੰਦਵਾੜਾ ਚੱਲ ਰਿਹਾ ਉਤੋਂ ਜਿਹੜਾ ਸਿਹਤ ਢਾਂਚਾ ਉਹ ਡਗਮਗਾ ਰਿਹਾ ਪੈਸੇ ਹੋਰ ਚਾਹੀਦੇ ਆ ਸੋ ਬੜਾ ਚੁਣੌਤੀਪੂਰਨ ਮਾਮਲਾ ਆ ਵੀ ਟੂ ਟੂ ਹੋਣੀ ਇਹ ਪੈਸੇ ਕਿੱਥੋਂ ਕੱਢਦੇ ਆ ਪਰ ਇਹ ਗੱਲ ਪੱਕੀ ਆ ਕਿ ਜੇ ਛੇਤਰਾਂ ਚ ਇਹਨੂੰ ਸੁਧਾਰਨਾ ਆ ਜਾਂ ਬੈਲੈਂਸ ਬਣਾ ਕੇ ਚਲਾਈ ਰੱਖਣਾ ਆ ਤਾਂ ਕੈਨੇਡਾ ਸਰਕਾਰ ਤੋਂ ਹੋਰ ਪੈਸੇ ਚਾਹੀਦੇ ਚਾਹੀਦੇ ਆ ਵਰਨਾ ਇਹ ਸਿਸਟਮ ਜਿਹੜਾ ਕਿਸੇ ਵੀ ਵੇਲੇ ਕਲਾਪਸ ਹੋ ਸਕਦਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀਰ ਦੀ ਤਾਂ ਸਰੀ ਸ਼ਹਿਰ ਦੇ ਵਿੱਚ ਸਿਟੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਆ ਸੁਖਤਾਲੀ ਵਾਲੀ ਕੈਂਪੇਨ ਜਿਹੜੀ ਆ ਉਹਨਾਂ ਵੱਲੋਂ ਵੀ ਸਨੇਹ ਵਟਸਐਪ ਤੇ ਰਾਹੀਂ ਅੱਜ ਮਿਲ ਰਹੇ ਆ ਕਿ ਉਹ 18 ਜੁਲਾਈ ਦਿਨ ਸੋਮਵਾਰ ਸ਼ਾਮ ਨੂੰ ਸਰੀ ਦੇ ਤਾਜਪਾਲਕ ਦੇ ਵਿੱਚ ਅਨਾਉਂਸਮੈਂਟ ਕਰਨ ਜਾ ਰਹੇ ਆ ਕੋਈ ਸੋ ਅਨਾਉਂਸਮੈਂਟ ਇਹੀ ਹੋਣੀ ਆ ਕਿ ਉਹ ਆਪਣੀ ਟੀਮ ਅਨਾਉਂਸ ਕਰ ਰਹੇ ਆ ਤੇ ਫਿਰ ਜਿਹੜੀ ਚੌਥੀ ਟੀਮ ਮੈਦਾਨ ਵਿੱਚ ਆਜੂਗੀ ਪਹਿਲਾਂ ਜੈਨੀਸਮਜ਼ ਡਗਮਕਲਮ ਰੈਂਡਾ ਲੋਕ ਤਿੰਨ ਤੇ ਰਾਈੜੀਆਂ ਪਹਿਲੇ ਮੈਦਾਨ ਵਿੱਚ ਆ ਜੈਨੀਸਮਜ਼ ਨੇ ਵੀ ਆਪਣੇ ਤਿੰਨ ਉਮੀਦਵਾਰ ਹੋਰ ਐਲਾਨ ਦਿੱਤੇ ਆ ਪਹਿਲਾਂ ਤਿੰਨ ਉਮੀਦਵਾਰ ਐਲਾਨੇ ਹੋਏ ਸੀ ਉਹਨਾਂ ਨੇ ਚਾਰ ਐਲਾਨੇ ਸੀ ਇੱਕ ਭੱਜ ਗਿਆ ਵਿੱਚੋਂ ਜੇਮ ਬੈਨਟ ਪਹਿਲੇ ਐਲਾਨੀਆਂ ਦੇ ਵਿੱਚੋਂ ਜਿਹੜੇ ਆ 3 ਸਟਾਰ ਪਿੰਟ ਕੋਕਰ ਰੇਮਨ ਬੈਂਡਗੋਂਗ ਤੇ ਜੂਨ ਲਿਓ ਆ ਜਿਹੜੀ ਅੱਜ ਤੱਕ ਜਿਹਨੀਆਂ ਸੇਮ ਜਿਹੜਾ ਨੇ ਅਮੀਜਵਰ ਕਾਉਂਸਲਰ ਵਾਸਤੇ ਲਾਨੇ ਆ ਉਹਨਾਂ ਦੇ ਵਿੱਚ ਡਾਕਟਰ ਜੋੜੀ ਤੌਰ ਆ ਅਸ਼ ਮੰਡੇਰ ਆ ਫਿਲਿਪ ਐਗਵਾਇਰ ਆ ਫਿਲਿਪ ਐਗਵਾਇਰ ਇੱਕ ਰੈਸਟੋਰੈਂਟ ਚਲਾਉਂਦਾ ਆ 올ਡ ਸਰੀ ਰੈਸਟੋਰੈਂਟ ਨਾਲ ਦੇ ਨਾਲ ਨਿਊਟਨ ਜਿਹੜੀ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ ਆ ਉਹਦੇ ਐਗਜ਼ੀਕਟਿਵ ਡਾਇਰੈਕਟਰ ਆ ਡਾਕਟਰ ਜੋੜੀ ਤੌਰ ਇੱਕ ਡਾਕਟਰ ਆ ਸਵਾਮਾ ਦੰਦੇ ਆ ਗਲੋਬਲ ਡੇਲ ਦੇ ਵਿੱਚ ਤੇ ਅਸ਼ ਮੰਡੇਰ ਇੰਡੀਆ ਤੋਂ ਆਇਆ ਇੱਕ ਨੌਜਵਾਨ ਆ 14 ਸਾਲ ਹੋਇਆ ਸਰੀ ਰਹਿੰਦੇ ਨੂੰ ਬੀਸੀਆਈਟੀ ਤੋਂ ਉਹਨੇ ਇੰਜੀਨੀਅਰਿੰਗ ਕੀਤੀ ਹੋਈ ਆ ਤੇ ਭਵਿੱਖ ਮੁਖੀ ਨੌਜਵਾਨ ਸੋ ਮੁਕਾਬਲਾ ਜਿਹੜਾ ਜੀ ਕਾਫੀ ਸਖਤ ਹੋਣ ਦੀ ਸੰਭਾਵਨਾ ਚਾਰ ਤਰ੍ਹਾਂ ਆਲਰੇਡੀ ਆ ਚੁੱਕੀਆਂ ਆ ਪੰਜਵੀਂ ਜਿਹੜੀ ਸੌਤਸਰੀ ਵਾਲੇ ਤਿਆਰੀ ਕਰ ਰਹੇ ਆ ਗੋਡੀ ਹੌਗ ਦੀ ਕਮਾਂਡ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਸਰੀਫਾਸ ਦੇ ਨਾਲ ਲੈਂਡਾਇਨਸ ਉਹਨਾਂ ਨੇ ਵੀ ਉਧਰੋਂ ਹੀ ਸ਼ਾਇਦ ਆਉਣਾ ਆ ਕਹਿ ਤਾਂ ਰਿਹਾ ਵੀ ਤਿਆਰੀ ਹੋ ਚੁੱਕੀ ਆ ਪੂਰੀ ਪਰ ਅਨਾਉਂਸਮੈਂਟ ਕਿਉਂ ਨਹੀਂ ਹੋ ਰਹੀ ਇਹਦਾ ਮਤਲਬ ਇਹ ਆ ਵੀ ਹਜੇ ਪੂਰੀ ਤਿਆਰੀ ਨਹੀਂ ਹੋ ਸਕੀ ਸੋ ਉਹ ਵੀ ਕਿਸੇ ਵੇਲੇ ਵੀ ਅਨਾਉਂਸਮੈਂਟ ਹੋ ਸਕਦੀ ਆ ਸੋ ਇਸ ਵਾਰ ਸਰੀ ਦੇ ਵਿੱਚ ਪੰਜ ਕੋਨਾ ਮੁਕਾਬਲਾ ਆ ਜਿਹੜਾ ਸਿਟੀ ਇਲੈਕਸ਼ਨ ਆ ਜਿਹੜੀਆਂ ਕਿ 15 ਅਕਤੂਬਰ ਨੂੰ ਹੋਣੀਆਂ ਉਹਨਾਂ ਦੇ ਵਾਸਤੇ ਹੋ ਸਕਦਾ ਆ ਬੜੇ ਹੀ ਰੋਚਕ ਮੁਕਾਬਲੇ ਜਿਹੜੇ ਆ ਹੋਣਗੇ ਕਿਉਂਕਿ ਵੋਟਾਂ ਇੱਕ ਦੂਏ ਦੀਆਂ ਕੱਟੀਆਂ ਜਾਣੀਆਂ ਜੀ ਗੱਲ ਸ਼੍ਰੀਲੰਕਾ ਦੀ ਕਰੀਏ ਤਾਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜ ਪੱਖੇ ਜਿਹੜੇ ਆ ਜੀ ਉਹ ਮੌਲਕ ਦਾ ਪੱਠਾ ਬਿਠਾ ਕੇ ਆਪ ਮਾਲਦੀਵਜ਼ ਪਹੁੰਚ ਗਏ ਆ ਮਾਲਦੀਵਜ਼ ਦੇ ਵਿੱਚ ਵੀ ਸ਼੍ਰੀਲੰਕਾ ਦੇ ਮੂਲ ਦੇ ਲੋਕ ਉਹਨਾਂ ਦੀ ਰਿਹਾਈ ਤੇ ਬਾਹਰ ਮਜਾਰੇ ਕਰ ਰਹੇ ਆ ਸ਼੍ਰੀਲੰਕਾ ਦੇ ਵਿੱਚ ਲੋਕਾਂ ਨੂੰ ਸਾਂਭਣ ਦੇ ਵਾਸਤੇ ਐਮਰਜੈਂਸੀ ਲਾਈ ਹੋਈ ਆ ਕਾਜਕਾਰੀ ਰਾਸ਼ਟਰਪਤੀ ਰੋਜਨ ਲਵਿਕਮੇ ਸਿੰਘ ਜਿਹੜੇ ਆ ਉਹ ਕਹਿੰਦੇ ਫੌਜ ਤੇ ਪੁਲਿਸ ਨੂੰ ਜੋ ਮਰਜ਼ੀ ਕਰੋ ਲੋਕਾਂ ਨੂੰ ਕੰਟਰੋਲ ਕਰੋ ਲੋਕ ਰਾਸ਼ਟਰਪਤੀ ਭਵਨ ਚ ਵੜ ਗਏ ਜਾ ਕੇ ਉੱਥੇ ਬੈੱਡਾਂ ਦੇ ਉੱਤੇ ਸੁੱਤੇ ਆ ਉਦੋਂ ਬਾਅਦ ਸੋਵਿੰਗਪੂਲ ਦੇ ਵਿੱਚ ਤਾਰੀਆਂ ਲਾਈਆਂ ਬਹੁਤ ਹੀ ਮਾਹੌਲ ਜਿਹੜਾ ਉੱਥੇ ਸ਼੍ਰੀ ਲੰਕਾ ਦੇ ਵਿੱਚ ਇਸ ਵੇਲੇ ਖਰਾਬ ਹੋਇਆ ਹੋਇਆ। ਮੁਲਕ ਦੇ ਕੋਲ ਪੈਸੇ ਮੁੱਕ ਗਏ ਚਲਾਉਣ ਵਾਸਤੇ। ਬਾਹਰੋਂ ਸਮਾਨ ਲੈਣ ਦੇ ਵਾਸਤੇ ਪੈਸੇ ਮੁੱਕ ਗਏ ਜਿਸ ਕਰਕੇ ਤੇਲ, ਖਾਣ ਵਾਲੀਆਂ ਵਸਤਾਂ ਤੇ ਹੋਰ ਜ਼ਰੂਰੀ ਸਮਾਨ ਆ ਉਹਦੀ ਵੱਡੀ ਪੱਧਰ ਤੇ ਘਾਟ ਜਿਹੜੀ ਹੋ ਗਈ ਆ। ਪੂਰੇ ਮੁਲਕ ਦੇ ਵਿੱਚ ਸਿਵਲ ਵਾਰ ਲੱਗੀ ਹੋਈ ਆ। ਤਾਮਿਲ ਅਤੇ ਸੰਹਾਲੀ ਕਮਿਊਨਿਟੀਆਂ ਦਾ ਜਿਹੜਾ ਇਹ ਮੁਲਕ ਹੈਗਾ ਆ ਲੰਮੇ ਸਮੇਂ ਤੋਂ ਇਹ ਸਿਵਲ ਵਾਰ ਵਿੱਚ ਪਹਿਲਾਂ ਵੀ ਚੱਲਦਾ ਰਿਹਾ ਪਰ ਕੁਝ ਦਿਹਾਕੇ ਪਹਿਲਾਂ ਹਾਲਾਤ ਆਮ ਵਰਗੇ ਹੋ ਗਏ ਸੀਗੇ। ਕਿ ਸ੍ਰੀਲੰਕਾ ਦੇ ਲੋਕ ਵਧੀਆ ਰੋਟੀ ਖਾਣ ਲੱਗੇ ਪੈਸੇ ਦੇ ਇਕਨੋਮੀ ਬੜੀ ਵਧੀਆ ਹੋ ਗਈ ਫਿਰ ਲਗਭਗ ਉਹੀ ਕੁਝ ਹੋਣ ਲੱਗ ਪਿਆ ਜੋ ਅੱਜਕੱਲ੍ਹ ਭਾਰਤ ਵਿੱਚ ਹੋ ਰਿਹਾ ਮੋਦੀ ਜੀ ਦੇ ਰਾਜ ਵਿੱਚ ਹੋ ਰਿਹਾ ਤੇ ਅੱਜ ਸ੍ਰੀਲੰਕਾ ਦੇ ਹਾਲਾਤ ਇਹ ਆ ਕਿ ਉੱਥੇ ਲੋਕਾਂ ਕੋਲ ਖਾਣ ਲਈ ਜਾਂ ਗੱਡੀਆਂ ਚ ਪਾਉਣ ਲਈ ਤੇਲ ਹੈ ਨਹੀਂਗਾ ਤੇ ਨਾਲ ਦੀ ਨਾਲ ਹੋਰ ਕਟਾਂ ਬੜੀ ਵੱਡੀ ਪੱਧਰ ਤੇ ਹੈਗੀਆਂ ਅੰਦਾਜ਼ੇ ਲਾਇਆ ਜਾ ਰਿਹਾ ਹੈ ਕਿ ਭੱਜੇ ਹੋਏ ਰਾਸ਼ਟਰਪਤੀ ਰਾਜਪੱਖੇ ਸਿੰਗਾਪੁਰ ਜਾ ਸਕਦੇ ਆ ਕਿਉਂਕਿ ਸਿੰਗਾਪੁਰ ਦੇ ਵਿੱਚ ਵੀ ਬਹੁਤ ਸਾਰੇ ਸ਼੍ਰੀਲੰਕਨ ਵੱਸਦੇ ਆ ਤੇ ਉੱਥੇ ਮਜਾੜੇ ਕਾਰਨ ਦਿੱਤੇ ਪਾਬੰਦੀ ਆ ਉਹਨਾਂ ਵਾਸਤੇ ਸੇਫ ਹੈਵਨ ਹੋ ਸਕਦਾ ਤੇ ਨਾਲ ਦੀ ਨਾਲ ਚਰਚਾਵਾਂ ਇਹ ਵੀ ਆ ਕਿ ਜਿਹੜੇ ਤਾਮਿਲ ਲੋਕ ਆ ਤਾਮਲਾਂ ਦਾ ਵੱਡੀ ਪੱਧਰ ਤੇ ਉੱਤੇ ਕਤਲੇਆਮ ਹੋਇਆ ਰਾਜਪੱਖੇ ਉਹਨਾਂ ਵੱਲੋਂ ਤੇ ਉਹ ਇੰਟਰਨੈਸ਼ਨਲ ਕੋਰਟ ਤੱਕ ਪਹੁੰਚ ਕਰ ਸਕਦੇ ਆ ਉਹਨਾਂ ਦੇ ਉੱਤੇ ਜੰਗੀ ਅਪਰਾਧ ਦੇ ਮੁਕਾਦਮੇ ਚਲਾਉਣ ਦੀ ਗੱਲ ਤੁਰ ਸਕਦੀ ਆ ਦੂਜੇ ਪਾਸੇ ਸਨਹਾਲੀ ਜਿਹੜੀ ਕਮਿਊਨਿਟੀ ਆ ਸ੍ਰੀ ਲੰਕਾ ਦੀ ਉਹਨਾਂ ਵੱਲੋਂ ਵੀ ਇਹ ਮੰਗ ਵੱਡੀ ਪੱਧਰ ਤੇ ਚੱਕੀ ਜਾ ਰਹੀ ਆ ਕਿ ਇਹਨਾਂ ਨੂੰ ਕ੍ਰਾਪਸ਼ਨ ਦੇ ਨਤੇ ਚਾਰਜ ਲਾਇਆ ਜਾਣ ਰਾਜਪੱਖਸ਼ ਦੇ ਉੱਤੇ ਤੇ ਵਾਪਸ ਲਿਆ ਕੇ ਟ੍ਰਾਇਲ ਜਿਹੜਾ ਕੋਰਟ ਦੇ ਵਿੱਚ ਚਲਾਇਆ ਜਾਵੇ ਸੋ ਬਹੁਤੇ ਦਿਨ ਵਧੀਆ ਰਾਜਪੱਖਸ਼ੇ ਉਹਨਾਂ ਦੇ ਨਹੀਂ ਹੈਗੇ ਉਹ ਹਾਕਮ ਜਿਹੜੇ ਲੋਕਾਂ ਨੂੰ ਪਰਜਾ ਨੂੰ ਕੁਝ ਸਮਝਦੇ ਨਹੀਂ ਹੈਗੇ ਠੱਕੇशाही ਕਰਦੇ ਆ ਉਸ ਮੁਲਕ ਦਾ ਉਹਨਾਂ ਹਾਕਮਾਂ ਦਾ ਹਾਲ ਜਿਹੜਾ ਇਹੀ ਹੁੰਦਾ ਜੋ ਰਾਜਪੱਖਸ਼ੇ ਉਹਨਾਂ ਦਾ ਹੋਇਆ ਆ ਜੀ ਤੇ ਭਾਰਤ ਦੇ ਵਿੱਚ ਅੱਜ ਜਿਹੜੀ ਗੱਲਬਾਤ ਚੱਲ ਰਹੀ ਆ ਉਹ ਇਹ ਆ ਕਿ ਅ ਤੁਸੀਂ ਦੇਖਿਆ ਹੋਣਾ ਭਾਰਤ ਦੇ ਨੋਟਾਂ ਦੇ ਉੱਤੇ ਸਰਕਾਰੀ ਲੈਟਰਪੈਡ ਦੇ ਉੱਤੇ ਸਰਕਾਰੀ ਅਫਸਰਾਂ ਦੇ ਪਿਛਲੇ ਪਾਸੇ ਕੰਧਾਂ ਦੇ ਉੱਤੇ ਇੱਕ ਤਿੰਨ ਮੂਰਤੀ ਵਾਲਾ ਸ਼ੇਰਾਂ ਦਾ ਜਿਹੜਾ ਸਾਈਨ ਬਣਿਆ ਹੁੰਦਾ ਬਿਫੋਰ ਕ੍ਰਾਈਸਟ ਬੀਸੀ ਯਾਨੀ ਕਿ ਤਿੰਨ 30ਵੀਂ ਸਦੀ ਦੇ ਵਿੱਚ 3rd ਸੈਂਚਰੀ ਦੇ ਵਿੱਚ ਅਸ਼ੋਕਾ ਦਾ ਇਹ ਚਿੰਨ ਜਿਹੜਾ ਸਮਝਿਆ ਜਾਂਦਾ ਹੈ ਵੀ ਇਹ ਲਾਇਨ ਕੈਪੀਟਲ ਆਫ ਅਸ਼ੋਕਾ ਇਹਨੂੰ ਕਹਿੰਦੇ ਹੁੰਦੇ ਸੀਗੇ ਉਹ ਚਿੰਨ ਅਪਣਾਇਆ ਹੋਇਆ ਸਰਕਾਰੀ ਚਿੰਨ ਹੈ ਭਾਰਤ ਦਾ ਕਹਿ ਸਕਦੇ ਆਪਾਂ ਇਹ ਐਮਬਲਮ ਇਹਨੂੰ ਵਰਤਿਆ ਜਾਂਦਾ ਹੈ ਨੈਸ਼ਨਲ ਐਮਬਲਮ ਦੇ ਤੌਰ ਦੇ ਉੱਤੇ ਹੁਣ ਕੀ ਹੋਇਆ ਕਿ ਇਹਦੇ ਵਿੱਚ ਤਬਦੀਲੀ ਕੀਤੀ ਗਈ ਆ ਪਾਰਲੀਮੈਂਟ ਦੇ ਬਾਹਰ ਇੱਕ 21 ਫੁੱਟ ਦੀ ਵੱਡੀ ਮੂਰਤੀ ਜਿਹੜੀ ਆ ਉਹ ਲਾਈ ਗਈ ਆ ਸੋ ਪਹਿਲੇ ਜਿਹੜੇ origional ਸ਼ੇਰ ਸੀਗੇ ਅਸ਼ੋਕਾ ਵੇਲੇ ਦੇ ਬਣੇ ਹੋਏ ਥੋੜੇ ਜਿਹਾ ਕਮਜ਼ੋਰ ਸੀਗੇ ਸ਼ਾਂਤ ਸੀਗੇ ਤੇ ਹੁਣ ਮੋਦੀ ਨੇ ਜਿਹੜੇ ਸ਼ੇਰ ਬਣਵਾਏ ਆ ਮੋਦੀ ਰਾਜ ਦੇ ਵਿੱਚ ਬਣਵਾਏ ਗਏ ਆ ਸ਼ੇਰ ਵੀ ਥੋੜੇ ਮੋਟੇ ਆ ਰਾਜੀ ਆ ਥੋੜੇ ਜਿਹਾ ਤੇ ਨਾਲ ਦੀ ਨਾਲ ਖੁੰਖਾਰ ਵੀ ਆ ਥੋੜੇ ਜਿਹਾ ਅੱਖਾਂ ਵੀ ਥੋੜੀਆਂ ਡਰਾਉਣੀਆਂ ਦੰਦ ਵੀ ਜ਼ਿਆਦਾ ਬਾਹਰ ਕੱਢੇ ਹੋਏ ਆ ਸ਼ੇਪ ਇਹੋ ਜਿਹੀ ਬਣਾਈ ਗਈ ਹੈ ਕਿ ਡਰਾਉਣ ਵਾਲੀ ਆ ਹੁਣ ਇਹਨੂੰ ਲੈ ਕੇ ਅੱਜ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਨਰਾਜ਼ ਹੋਈਆਂ ਫਿਰਦੀਆਂ ਉਹ ਕਹਿੰਦੇ ਵੀ ਇਹ ਨੈਸ਼ਨਲ ਸਿੰਬਲ ਜਿਉਂ ਦਾ ਤਿਉਂ ਰੱਖਣਾ ਚਾਹੀਦਾ ਸੀਗਾ ਇੰਨਾ ਪੁਰਾਣਾ ਆ ਵੀ ਬਿਫੋਰ ਕ੍ਰਾਈਸਟ ਚੱਲਦਾ ਆ ਰਿਹਾ ਤੇ ਤੁਸੀਂ ਉਹਦੀ ਸ਼ਕਲ ਹੀ ਵਿਗਾੜ ਦਿੱਤੀ ਆ ਤੇ ਤੁਸੀਂ ਉਹਨੂੰ ਸ਼ਾਂਤ ਸ਼ੇਰ ਤੋਂ ਜਿਹੜਾ ਗੁੱਸੇ ਖੋਰ ਸ਼ੇਰ ਬਣਾ ਦਿੱਤਾ ਚਾਹੇ ਜੈਰਾਮ ਰਮੇਸ਼ ਹੋਣੀ ਆ ਪ੍ਰਸ਼ਾਂਤ ਪੂਸ਼ਣ ਹੋਣੀ ਆ ਹੋਰ ਤੇ ਰਾ ਆ ਉਹ ਡੱਟ ਕੇ ਵਿਰੋਧ ਕਰ ਰਹੀਆਂ ਆ ਆ ਕਿ ਇੱਕ ਤਰੀਕੇ ਦੇ ਨਾਲ ਮੋਦੀ ਨੇ ਜਿਹੜਾ ਨਵਾਂ ਭਗਾਤ ਸਰਜਿਆ ਆ ਜਿਹਦੇ ਵਿੱਚ ਕਿ ਸਿਰਫ ਸਿਰਫ ਨਫਰਤ ਹੀ ਆ ਉਹ ਸ਼ੇਰਾਂ ਦੇ ਵਿੱਚ ਵੀ ਭਾ ਦੁੱਤੀ ਆ ਵੀ ਸ਼ੇਰ ਵੀ ਸ਼ਾਂਤ ਨਹੀਂ ਹੋਣ ਲੱਗਦੇ ਭਾਰਤ ਦੇ ਰਾਸ਼ਟਰਪਤੀ ਚਨ ਰਾਸ਼ਟਰਪਤੀ ਚਨ ਸੌਰੀ ਆ ਰਾਤਰੀ ਮੂਰਤੀ ਵਾਲਾ ਸ਼ੇਰ ਆ ਉਹਨੂੰ ਵੀ ਜਦੋਂ ਵੀ ਗੁੱਸੇ ਖੋਰ ਨਫਰਤ ਹੀ ਆ ਦੇਖਣ ਨੂੰ ਬਣਾ ਦਿੰਦਾ ਆ ਇਸ ਗੱਲ ਦੀ ਲੈ ਕੇ ਅੱਜ ਅਲੋਚਨਾ ਹੋ ਰਹੀ ਆ ਪਰ ਦੂਜੇ ਪਾਸੇ ਜਿਹੜੇ ਬੀਜਪੀ ਦੇ ਸਮਰਥਕ ਆ ਮੋਦੀ ਦੇ ਸਮਰਥਕ ਆ ਉਹ ਕਹਿੰਦੇ ਵੀ ਇਹਨਾਂ ਦਾ ਨੁਕਸ ਕੱਢਣਾ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਜਿਹੜੇ ਪਹਿਲਾਂ ਛੇਰ ਸੀਗੇ ਉਹ ਕਮਜ਼ੋਰ ਤਾਂ ਰਹੇ ਸੀਗੇ ਭਾਰਤ ਦੇ ਜਿਹੜਾ ਅਕਸ ਆ ਉਹ ਕਮਜ਼ੋਰ ਬਣਾਇਆ ਹੋਇਆ ਸੀ ਉਹਨਾਂ ਕੋਲ ਕਿ ਮੋਦੀ ਨੇ ਭਾਰਤ ਨੂੰ ਛੇਰ ਅੱਗਾ ਬਣਾ ਦਿੱਤਾ ਆ ਇਸ ਕਰਕੇ ਜਿਹੜਾ ਆ ਜੀ ਉਹ ਕਹਿੰਦੇ ਵੀ ਚੈਨ ਵੀ ਥੋੜੀ ਜਿਹਾ ਸਟਰੋਂਗ ਬਣਾ ਦਿੱਤੇ ਗਏ ਆ ਐਡੀ ਕੋਈ ਗੱਲ ਨਹੀਂ ਹੈਗੀ ਜਿੰਨੀ ਕਿ ਬਣਾਈ ਜਾ ਰਹੀ ਆ ਇਹ ਭਾਜਪਾ ਸਮਰਥਕਾਂ ਦਾ ਕਹਿਣਾ ਆ ਗੱਲ ਕਰੀਏ ਭਾਰਤ ਦੇ ਵਿੱਚ ਮਾਹੌਲ ਦੀ ਤਾਂ ਜਿਹੜੇ ਮੁਸਲਮਾਨ ਆ ਚਾਹੇ ਉਹ ਕੋਈ ਬਾਲੀਵੁੱਡ ਦਾ ਅਦਾਕਾਰ ਆ ਚਾਹੇ ਕੋਈ ਖਿਡਾਰੀ ਆ ਚਾਹੇ ਕੋਈ ਵੱਡਾ ਪੱਤਰਕਾਰ ਆ ਜੇ ਉਹ ਮੁਸਲਮਾਨ ਆ ਤਾਂ ਉਹਨੂੰ ਆਪਣੀ ਦੇਸ਼ ਭਗਤੀ ਸਿੱਧ ਕਰਨੀ ਪੈ ਰਹੀ ਆ ਤੇ ਇਹ ਹੁਣ ਜਿਹੜੀ ਦੇਸ਼ ਭਗਤੀ ਸਿੱਧ ਕਰਨ ਦਾ ਜ਼ਮਾਂ ਹੈ ਇਸ ਵੇਲੇ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਤ ਅंसारी ਦੇ ਉੱਤੇ ਵੀ ਆ ਗਿਆ ਇੱਕ ਪਾਕਿਸਤਾਨ ਦੇ ਪੱਤਰਕਾਰ ਆ ਨੌਸਤ ਮਿਰਜ਼ਾ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਪਾਕਿਸਤਾਨ ਜਾ ਕੇ ਕਹਿ ਦਿੱਤਾ ਕਿ ਜਦੋਂ 2010 ਦੇ ਵਿੱਚ ਇੱਕ ਕਾਨਫਰੰਸ ਨੂੰ ਕਾਨਫਰੰਸ ਦੇ ਵਿੱਚ ਸ਼ਰਕਤ ਕਰਨ ਦੇ ਵਾਸਤੇ ਉਹ ਦਿੱਲੀ ਪਹੁੰਚੇ ਸੀਗੇ ਤੇ ਉਹਨਾਂ ਨੇ ਆਈਐਸਆਈ ਦੇ ਅਧਿਕਾਰੀਆਂ ਨੂੰ ਕੁਝ ਜਾਣਕਾਰੀ ਦਿੱਤੀ ਆ ਜਸੂਸੀ ਕੀਤੀ ਐ ਇੱਥੇ ਤੇ ਹੁਣ ਇਸ ਗੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆ ਜਾਰਐਸਐਸ ਵਾਲੇ ਆ ਉਹ ਸਾਫਕਰ ਉਪਰਾਸ਼ਟਰਪਤੀ ਹਾਮਿਦ ਅਨਸਾਰੀ ਨੂੰ ਨਿਸ਼ਾਨਾ ਬਣਾ ਰਹੇ ਆ ਵੀ ਇਹਨਾਂ ਨੇ ਕਰਵਾਈ ਸੀਗੀ ਉਹ ਕਾਨਫਰੰਸ ਪਾਕਿਸਤਾਨ ਤੋਂ ਜਿਹੜੇ ਪੱਤਰਕਾਰ ਸੱਦੇ ਸੀਗੇ ਤੇ ਉਹ ਜਸੂਸੀ ਕਰਕੇ ਗਏ ਹੋਏ ਆ ਸ਼ਰੇਆਮੇ ਗੱਲ ਕਹਿ ਰਹੇ ਆ ਹੁਣ ਆਮਿਨ ਅਨਸਾਰੀ ਜਿਹੜੇ ਜੋ ਜੀ ਉਹਨਾਂ ਨੇ ਇੱਕ ਸਫਾਈ ਦਿੰਦਾ ਆਪਣਾ ਸਪਸ਼ਟੀਕਰਨ ਜਾਰੀ ਕੀਤਾ ਉਹ ਕਹਿੰਦੇ ਵੀ ਜਿਹੜੇ ਬੰਦੇ ਸੱਦੇ ਜਾਂਦੇ ਆ ਕਿਸੇ ਵੀ ਕਾਨਫਰੰਸ ਦੇ ਵਾਸਤੇ ਜਿਹੜੀ ਪਰਟੀਕੂਲਰ ਕਾਨਫਰੰਸ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਕਿ 2110 ਦੇ ਵਿੱਚ 11 ਦਸੰਬਰ ਨੂੰ ਹੋਈ ਆ ਉਹ ਕਹਿੰਦੇ ਮੈਂ ਤਾਂ ਇਹਦਾ ਜਾਨੀ ਕਿ ਅਦਖਾਟਨ ਕੀਤਾ ਸੀਗਾ ਨੇਗਰੇਸ਼ਨ ਕੀਤੀ ਸੀਗੀ ਵੀ ਇਹ ਸਵਾਗਤ ਮੈਂ ਥੋੜੀ ਰੱਖਿਆ ਸੀਗਾ ਜਿਹੜੇ ਲੋਕ ਬਾਹਰੋਂ ਆਉਂਦੇ ਆ ਉਹਨਾਂ ਨੂੰ ਜਿਹੜੀ ਗਵਰਨਮੈਂਟ ਦਾ ਅਧਾਰ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਆ ਉਹਨਾਂ ਵੱਲੋਂ ਵਿਰੇਸ਼ ਮਾਮਲੇ ਬਾਰੇ ਇਹ ਮੰਤਰਾਲਾ ਆ ਉਹਨਾਂ ਵੱਲੋਂ ਵਿਜੇ ਤੇ ਜਾਂਦੇ ਉਹਨਾਂ ਵੱਲੋਂ ਲਿਸਟ ਬਣਾਈ ਜਾਂਦੀ ਵੀ ਕਿਹਨੂੰ ਸੱਜਣਾ ਕਿਹਨੂੰ ਨਹੀਂ ਮੈਂ ਤਾਂ ਸਿਰਫ ਉਸ ਸਮਾਗਮ ਦਾ ਦਰਕਰਣ ਕੀਤਾ ਸੀਗਾ ਨਾ ਕਿ ਉਹ ਮੈਂ ਸਮਾਗਮ ਕਰਵਾਇਆ ਸੀਗਾ ਜਾਂ ਮੈਂ ਲਿਸਟ ਬਣਾਈ ਸੀ ਵੀ ਕਿਹਨੂੰ ਸੱਜਣਾ ਤੇ ਕਿਹਨੂੰ ਨਹੀਂ ਸੱਜਣਾ ਉਹ ਕਹਿੰਦੇ ਮੇਰੇ ਤੇ ਨਜਾਇਜ਼ ਨਜ਼ਰ ਆ ਜਿਹੜਾ ਆ ਝਾੜਿਆ ਜਾ ਰਿਹਾ ਸੋ ਗੱਲ ਇੱਥੇ ਤੱਕ ਚੱਲ ਗਈ ਆ ਵੀ ਉਹਨਾਂ ਨੂੰ ਸਵਾਇਆ ਦੰਦੇ ਇਹ ਵੀ ਕਹਿਣਾ ਪੈ ਗਿਆ ਕਿ ਦੇਖੋ ਜੀ ਮੈਂ ਤਾਂ ਰਾਣ ਦੇ ਵਿੱਚ ਸੇਵਾ ਕੀਤੀ ਆ ਭਾਰਤ ਦੀ ਐਮੈਸਡਰ ਬਣ ਕੇ ਉੱਥੇ ਬੜਾ ਮੈਂ ਕੰਮ ਕੀਤਾ ਭਾਰਤ ਦੇ ਵਾਸਤੇ ਮੇਰੇ ਤਹਿਰਾਨ ਰਹਿੰਦੇ ਆ ਸਟੈਂਟ ਵੀ ਪੈ ਗਏ ਮੈਂ ਫੇਰ ਵੀ ਕੰਮ ਕਰਦਾ ਰਿਹਾ ਉਦੋਂ ਬਾਅਦ ਮੈਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਨਿਊਯਾਰਕ ਲਾ ਦਿੱਤਾ ਗਿਆ ਉੱਥੇ ਵੀ ਮੈਂ ਬੜੀ ਭਾਰਤ ਭਗਤੀ ਦਿਖਾਈ ਆ ਬੜਾ ਕੰਮ ਕੀਤਾ ਆ ਮਤਲਬ ਕੀ ਆ ਕਿ ਜਿਹੜਾ ਵੀ ਮੁਸਲਮਾਨ ਆ ਜਾਂ ਘੱਟ ਗਿਣਤੀ ਕਹ ਲਓ ਉਹਨੂੰ ਬਹੁਤ ਘੰਟੀ ਜਿਹੜੀ ਆ ਉਹ ਸਵਾਲ ਕਰਦੀ ਆ ਵੀ ਤੂੰ ਆਪਣੀ ਦੇਸ਼ ਭਗਤੀ ਜਿਹੜੀ ਆ ਦਿਖਾ ਕੋਈ ਵੀ ਗੱਲ ਜਿਹੜੀ ਨਾਲ ਜੋੜ ਕੇ ਉਹਨੂੰ ਦੇਸ਼ਦਰ ਹੋਈ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹੀ ਕੁਝ ਹੁਣ ਸਾਡੇ ਸਾਬਕਾ ਕੋਆਪਰੇਟਰਪਤੀ ਹਾਮਦ ਅਨਸਾਰੀ ਆ ਉਹਨਾਂ ਦੇ ਨਾਲ ਵਾਪਰਿਆ ਹੈ ਤਾਂ ਸਫਾਈਆਂ ਦੇ ਕੇ ਅੱਜ ਇਹ ਕੋਸ਼ਿਸ਼ ਕਰ ਰਹੇ ਆ ਕਿ ਮੈਂ ਤਾਂ ਜੀ ਦੇਸ਼ ਭਗਤ ਆ ਮੈਨੂੰ ਇਦਾਂ ਦਾ ਦੇਸ਼ ਧਰੋਹੀ ਜਿਹੜਾ ਨਾਮ ਬਣਾਓ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਉੱਤੇ ਕਈ ਜਨਾਂ ਤੋਂ ਇਲਜ਼ਾਮਵਾਜ਼ੀ ਇਹ ਚੱਲ ਰਹੀ ਸੀ ਕਿਉਂਕਿ ਇਲਜ਼ਾਮਵਾਜ਼ੀ ਦਾ ਮੁੱਢ ਭਗਵੰਤ ਮਾਨ ਦੇ ਟਵੀਟ ਨੇ ਬੰਨਿਆ ਸੀਗਾ ਵੀ ਜੇ ਜੀ ਹਰਿਆਣੇ ਨੂੰ ਵਿਧਾਨ ਸਭਾ ਦੇ ਵਾਸਤੇ ਜ਼ਮੀਨ ਦੇਣੀ ਹੈ ਚੰਡੀਗੜ੍ਹ ਦੇ ਵਿੱਚ ਸਾਨੂੰ ਵੀ ਦਿਓ ਲੋਕਾਂ ਨੇ ਚੇਤਤ ਕਰਾਇਆ ਭਗਵੰਤ ਮਾਨ ਜੀ ਚੰਡੀਗੜ੍ਹ ਆਪਣਾ ਆ ਪੰਜਾਬ ਦਾ ਆ ਸਾਰੇ ਆਪਣਾ ਆ ਤੁਸੀਂ ਇਹ ਕਹੋ ਵੀ ਹਰਿਆਣੇ ਨੂੰ ਜੇ ਜ਼ਮੀਨ ਦੇਣੀ ਹੈ ਕਿ ਜੇ ਹੋਰ ਸ਼ਹਿਰ ਦੇ ਬਾਹਰ ਦੇ ਦਿਓ ਚੰਡੀਗੜ੍ਹ ਸਾਡਾ ਆ ਇਹਦੀ ਸਾਡੀ ਵਿਧਾਨ ਸਭਾ ਆ ਸਕੱਤਰੇ ਤੇ ਆ ਇਹ ਹਾਈ ਕੋਰਟ ਆ ਇਹ ਆਧਾਰ ਦੇ ਤੌਰ ਤੇ ਤੇ ਹਰਿਆਣਾ ਵਾਸਤੇ ਆ ਸੀਗਾ ਹੁਣ ਇਹਨੂੰ ਬਹੁਤ ਚਿਰ ਹੋ ਗਿਆ ਆਪਣੀ ਬਣਾ ਲੈਣੀ ਚਾਹੀਦੀ ਕਿਸੇ ਆਪਣੇ ਸ਼ਹਿਰ ਦੇ ਵਿੱਚ ਤੇ ਅੱਜ ਜਾ ਕੇ ਆਮ ਆਦੀ ਪਾਰਟੀ ਨੇ ਆਪਣੀ ਗਲਤੀ ਸੁਧਾਰੀ ਆ ਤੇ ਬਿਆਨ ਦਿੱਤਾ ਆ ਕਿ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਆ ਤੇ ਪੰਜਾਬ ਦੀ ਮਾਲਕੀ ਲਈ ਆਮ ਆਦੀ ਪਾਰਟੀ ਸੰਘਰਸ਼ ਕਰਦੀ ਰਹੂਗੀ ਆਮ ਆਦੀ ਪਾਰਟੀ ਦੇ ਬਲਾਰੇ ਮਲਵਿੰਦਰ ਸਿੰਘ ਕੰਗ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਆ ਕਿਹਾ ਕਿ ਜੇ ਕਿਸੇ ਨੇ ਕਹਿੰਦੇ ਵੀ ਚੰਡੀਗੜ੍ਹ ਦੇ ਮਾਮਲੇ 'ਚ ਪੰਜਾਬ ਦੀ ਪਿੱਠੇ ਛੋੜਾ ਮਾਰਿਆ ਉਹ ਕਾਲੀ ਸੀਗੇ ਜਾਂ ਕਾਂਗਰਸੀ ਸੀਗੇ ਆਮ ਆਦੀ ਪਾਰਟੀ ਨੇ ਸਪਸ਼ਟ ਕਰਦੀ ਆ ਕਿ ਉਹ ਚੰਡੀਗੜ੍ਹ ਦੀ ਉੱਤੇ ਜਿਹੜੀ ਮਾਲਕੀ ਆ ਕਦੇ ਵੀ ਛੱਡੂਗੀ ਨਹੀਂ ਹਰਿਆਣੇ ਨੂੰ ਇੱਕ ਗੱਲ ਜ਼ਮੀਨ ਵੀ ਚੰਡੀਗੜ੍ਹ ਦੇ ਵਿੱਚ ਨਹੀਂ ਦਿੱਤੀ ਜਾਊਗੀ ਚੰਡੀਗੜ੍ਹ ਪੰਜਾਬ ਦਾ ਆ ਪੰਜਾਬ ਦੇ ਪਿੰਡ ਝੜ ਕੇ ਬਣਾਇਆ ਗਿਆ ਆ ਤੇ ਆਮ ਆਦਮੀ ਪਾਰਟੀ ਸਮਝਦੀ ਆ ਕਿ ਇਸ ਹੱਕ ਦੀ ਲੜਾਈ ਨੂੰ ਅਖੀਰ ਤੱਕ ਹਰ ਪੱਧਰ ਦੇ ਉੱਤੇ ਲੜਿਆ ਜਾਊਗਾ ਸੋ ਮਤਲਬ ਕੀ ਆ ਜੀ ਵੀ ਲੋਕਾਂ ਨੂੰ ਜਗਾਉਣਾ ਪੈਂਦਾ ਸਰਕਾਰ ਜਿਹੜੀ ਆ ਚੁੱਪਚਪੀ ਤੇ ਫੈਸਲੇ ਕਰ ਜਾਂਦੀ ਆ ਬਿਆਨ ਜਿਹੜੀ ਆ ਦੇ ਜਾਂਦੀ ਆ ਤੇ ਜੋ ਲੋਕੀ ਫਿਰ ਫੜ ਕੇ ਝੰਜੋੜਦੇ ਆ ਵੀ ਭਾਈ ਸਾਹਿਬ ਤੁਸੀਂ ਸਾ ਗਲਤੀ ਕਰ ਗਏ ਆ ਉਦੋਂ ਆਮ ਆਦਮੀ ਪਾਰਟੀ ਜਿਹੜੀ ਆ ਵਾਪਸ ਆ ਕੇ ਉਹਦੀ ਸੋਧ ਕਰ ਲੈਂਦੀ ਆ ਫਿਰ ਵੀ ਚੰਗੀ ਗੱਲ ਆ ਵੀ ਵਾਪਸ ਮੁੜੇ ਆਉਂਦੇ ਆ ਸੋਧ ਕਰ ਲੈਂਦੇ ਆ ਪਰ ਲੋਕਾਂ ਦੀ ਜ਼ਿੰਮੇਵਾਰੀ ਜਿਹੜੀ ਕਾਫੀ ਵੱਧ ਗਈ ਆ ਕਿਉਂਕਿ ਜਿਹੜੇ ਕੰਮ ਵਿਰੋਧੀ ਪਾਰਟੀ ਨੂੰ ਕਰਨੇ ਚਾਹੀਦੇ ਸੀ ਕਾਂਗਰਸ ਨੂੰ ਅਕਾਲੀ ਦਲ ਨੂੰ ਕਰਨੇ ਚਾਹੀਦੇ ਸੀ ਉਹ ਨਹੀਂ ਕਰ ਰਹੇ ਲੋਕ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾ ਰਹੇ ਆ ਮੀਡੀਆ ਕਿਹੜਾ ਕੁਝ ਆ ਉਹਦਾ ਕੇਜੂ ਮੀਡੀਆ ਬਣਿਆ ਹੋਇਆ ਵਿਕਿਆ ਹੋਇਆ ਮੀਡੀਆ ਦਾ ਕੁਝ ਹਿੱਸਾ ਜਿਹੜਾ ਆ ਉਹ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਿਹਾ ਹੈ ਜਿਦੇ ਕਰਕੇ ਆਮ ਆਦਮੀ ਪਾਰਟੀ ਨੂੰ ਗਲਤ ਕੀਤੇ ਹੋਏ ਫੈਸਲਿਆਂ ਤੋਂ ਵਾਪਸ ਮੋੜਨਾ ਪੈ ਰਿਹਾ ਤੇ ਇਸ ਫੈਸਲੇ ਦੇ ਵਿੱਚ ਵੀ ਚੰਡੀਗੜ੍ਹ ਵਾਲੇ ਮਾਮਲੇ ਦੇ ਵਿੱਚ ਵੀ ਵਾਪਸੀ ਹੋਈ ਆ ਅਗਲਾ ਮਾਮਲਾ ਹੁਣ ਰघव ਚੱਡਾ ਹੋਣ ਦਾ ਆ ਜਾਂ ਜਿਹੜੇ ਪੰਜਾਬ ਦੇ ਵਿੱਚ ਆਈਟੀ ਸੈੱਲ ਲਈ ਬੰਦਾ ਰੱਖਿਆ ਗਿਆ 1 ਲੱਖ ਰੁਪਿਆ ਤਨਖਾਹ ਦੇ ਉੱਤੇ ਉਹ ਮਸਲਾ ਬੜਾ ਗਰਮ ਹੋਇਆ ਹੋਇਆ ਈਵਨ ਆਮ ਆਦਮੀ ਪਾਰਟੀ ਦੇ ਸਮਰਥਕ ਦੋਹਾਂ ਮਸਲਿਆਂ ਦੇ ਉੱਤੇ ਵਿਰੋਧਤਾ ਕਰ ਰਹੇ ਆ ਕੋਈ ਵੱਡੀ ਗੱਲ ਨਹੀਂ ਕਹਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਵੀ ਕੋਈ ਫੈਸਲਾ ਹੋਜਵੇ ਵੈਸੇ ਲੀਗਲੀ ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਰਾਗਵ ਚੱਡਾ ਦੀ ਨੁਕਤੀ ਨੂੰ ਜਿਹੜੀ ਹੈ ਜੀ ਚੈਲੰਜ ਕੀਤਾ ਜਾ ਚੁੱਕਾ ਆ ਇੱਥੇ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਅਗਿਆਬਖਸ਼ੋ ਕੱਲ ਨੂੰ ਹੋਰ ਗੱਲਬਾਤ ਹੋਰ ਜਾਣਕਾਰੀ ਲੈ ਕੇ ਫਿਰ ਮਿਲਦੇ ਆਂ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ